ਅਕਾਲੀ ਦਲ ਦੀ ਗੱਡੀ ਦਿੱਲੀ ਤੋਂ ਲੈ ਗਈ, ਉਹ ਨਫ਼ਰਤ ਦਾ ਪਾਤਰ ਬਣ ਕੇ ਜਦੋਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਵਿੱਚ ਉਹਨਾਂ ਦਾ ਨਾਮ ਆਇਆ। ਚਾਹੇ ਅਕਾਲੀ ਦਲ ਦੀ ਸਰਕਾਰ ਆਈ ਹੋਵੇ, ਚਾਹੇ ਕਾਂਗਰਸ ਦੀ ਸਰਕਾਰ ਆਈ ਹੋਵੇ, ਕਦੇ ਲੋਕਾਂ ਕੋਲ ਆ ਕੇ ਦੇਖਿਆ ਉਹਨਾਂ ਨੇ ਵੀ ਸਮੱਸਿਆਵਾਂ ਕੀ ਨੇ। ਹੁਣ ਵੀ ਉਹ ਅੱਜ ਕੱਲ੍ਹ ਵੀ ਕੈਪਟਨ ਅਮਰਿੰਦਰ ਅਤੇ ਸੁਖਬੀਰ ਬਾਦਲ ਇੱਕ ਦੂਜੇ ਨਾਲ ਟਵਿੱਟਰੋ ਟਵਿੱਟਰੀ ਹੋਈ ਜਾਂਦੇ, ਟਵਿੱਟਰ 'ਤੇ ਉਹਨੇ ਐਂ ਕਹਿਤਾ, ਉਹਨੇ ਐਂ ਕਹਿਤਾ, ਉਹ ਕਹਿੰਦਾ 2.5 ਸਾਲ 'ਚ ਕੁਛ ਨਹੀਂ ਕੀਤਾ, ਉਹ ਕਹਿੰਦਾ 10 ਸਾਲ 'ਚ ਕੁਛ ਨਹੀਂ ਕੀਤਾ। ਮਤਲਬ ਕੁਛ ਨਾ ਕੀਤਾ ਦਾ ਮੁਕਾਬਲਾ ਚੱਲ ਰਿਹਾ ਕਿ ਕਿਹਨੇ ਨਹੀਂ ਕੀਤਾ। ਸੰਗਰੂਰ ਹਲਕੇ ਵਿੱਚੋਂ MP ਭਗਵੰਤ ਮਾਨ, ਸਾਡਾ ਹੱਕ ਸਾਡਾ MP ਦੀ ਮੁਹਿੰਮ ਦੌਰਾਨ ਲੋਕਾਂ ਦੀਆਂ ਕਈ ਸਾਰੀਆਂ ਮੁਸੀਬਤਾਂ ਨੂੰ ਦੂਰ ਕਰਦੇ ਹੋਏ, ਉਹਨਾਂ ਦੀਆਂ ਗੱਲਾਂ ਬਾਤਾਂ ਕਰਦੇ ਹੋਏ, ਉਹਨਾਂ ਦੇ ਕਈ ਕੇਸਾਂ ਨੂੰ ਮੌਕੇ 'ਤੇ ਹੀ ਨਿਪਟਾਰਦੇ ਹੋਏ ਲੋਕਾਂ ਦੇ ਪਿੰਡੋ ਪਿੰਡੀ ਪੁੱਜ ਰਹੇ ਨੇ ਅਤੇ ਲੋਕਾਂ ਦੀ ਸਹਾਇਤਾ ਕਰ ਰਹੇ ਨੇ, ਜਿਸ ਵਿੱਚ ਲੋਕਾਂ ਦੀਆਂ ਜੋ ਕਿ ਫਾਈਨੈਂਸ਼ੀਅਲ ਅਤੇ ਸਰਕਾਰ ਵੱਲੋਂ ਕਮੀਆਂ ਪੇਸ਼ੀਆਂ ਨੇ ਉਹਨਾਂ ਨੂੰ ਸੁਣ ਰਹੇ ਨੇ ਅਤੇ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਦੇਖੋ ਜੀ, ਅਸੀਂ ਜਿਹੜਾ ਸਾਡਾ MP ਸਾਡਾ ਸਾਡੇ ਘਰ ਨਾਂ ਦੀ ਜਿਹੜੀ ਮੁਹਿੰਮ ਹੈ, ਉਸ ਮੁਹਿੰਮ ਦੇ ਤਹਿਤ ਹਰ ਵਿਧਾਨ ਸਭਾ ਹਲਕੇ ਦੇ ਵੱਡੇ ਪਿੰਡਾਂ ਦੇ ਵਿੱਚ ਪਹਿਲਾਂ ਦੌਰ ਜਿਹੜਾ ਉਹ ਅੱਜ 9ਵਾਂ ਪ੍ਰੋਗਰਾਮ ਹੈ। ਸੋ ਅਸੀਂ ਲੋਕਾਂ ਨਾਲ ਰੂਬਰੂ ਹੁੰਦੇ ਹਾਂ, ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਆਉਂਦੇ ਨੇ। ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਸ਼ਹਿਰ ਨਹੀਂ ਜਾ ਸਕਦੇ, ਇਕੱਲੇ ਨੇ ਜਾਂ ਬਜ਼ੁਰਗ ਨੇ ਜਾਂ ਕੋਈ ਸਾਧਨ ਦੀ ਕਮੀ ਹੈ, ਸੋ ਉਹ ਇੱਥੇ ਆ ਕੇ ਪੈਦਲ ਤੁਰ ਕੇ ਆ ਕੇ ਜਾਂ ਕਿਸੇ ਨਾਲ ਮੋਟਰਸਾਈਕਲ 'ਤੇ ਸਾਈਕਲ 'ਤੇ ਆ ਕੇ ਵੀ ਮਿਲ ਸਕਦੇ ਨੇ। ਸੋ ਹਲਕੇ ਤੋਂ ਬਾਹਰਲੇ ਲੋਕ ਵੀ ਆਏ ਹੋਏ ਨੇ, ਕਿਉਂਕਿ ਸੰਗਰੂਰ ਲੋਕ ਸਭਾ ਸੀਟ ਜਿਹੜੀ ਹੈ, ਜਿਹੜਾ ਸੰਗਰੂਰ ਲੋਕ ਸਭਾ ਹਲਕਾ ਹੈ, ਉਹ ਪੰਜਾਬ ਦੀਆਂ ਸਾਰੀਆਂ ਸ਼ਿਕਾਇਤਾਂ ਦਾ, ਹਰ ਕਿਸਮ ਦੀਆਂ ਸ਼ਿਕਾਇਤਾਂ ਦਾ ਕੇਂਦਰ ਬਣ ਗਿਆ, ਕਿਉਂਕਿ ਬਾਕੀ ਕਿਤੇ ਕੋਈ ਸੁਣਦਾ ਹੀ ਹੈ ਨਹੀਂ, ਨਾ ਕੋਈ MLA ਨਾ ਕੋਈ MP, ਕੋਈ ਸੁਣਦਾ ਹੀ ਨਹੀਂ ਲੋਕਾਂ ਦੀ ਗੱਲ। ਸੋ ਉਹ ਇੱਥੇ ਆਉਂਦੇ ਨੇ ਉਮੀਦ ਲੈ ਕੇ, ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿੰਨਾ ਵੱਧ ਤੋਂ ਵੱਧ ਸਾਡੇ ਕੋਲ ਸ਼ਕਤੀਆਂ ਨੇ, ਜਿੰਨੀ ਸਾਡੀ ਕਲਮ ਦੇ ਵਿੱਚ ਤਾਕਤ ਹੈ, ਅਸੀਂ ਉਹ ਉਹਨਾਂ ਦੇ ਹੱਕ ਦੇ ਵਿੱਚ ਚਲਾਈਏ। ਸੋ ਨਰੇਗਾ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਕਿ ਕੰਮ ਕਰਾ ਲਿਆ ਪੈਸੇ ਨਹੀਂ ਮਿਲਦੇ, ਕੱਚੇ ਮਕਾਨਾਂ ਦੀਆਂ ਬਹੁਤ ਸਾਰੀਆਂ ਅਰਜ਼ੀਆਂ ਆਉਂਦੀਆਂ ਨੇ ਕਿ ਆ ਬਰਸਾਤਾਂ ਦੇ ਵਿੱਚ ਮਕਾਨ ਡਿੱਗ ਪਏ, ਕੱਚੇ ਮਕਾਨ ਨੇ, ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਸਾਡੇ ਮਕਾਨ ਜਿਹੜੇ ਨੇ ਉਹ ਬਣਾ ਕੇ ਦਿਓ ਜੀ, ਪੈਨਸ਼ਨਾਂ ਜਿਹੜੀਆਂ ਕੱਟਤੀਆਂ ਪਹਿਲਾਂ ਮਿਲਦੀਆਂ ਸੀ ਹੁਣ ਕੱਟਤੀਆਂ, ਬੁਢਾਪਾ ਪੈਨਸ਼ਨ ਹੈ ਜਾਂ ਵਿਧਵਾ ਪੈਨਸ਼ਨ ਹੈ, ਉਹਨਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਨੇ। ਬਾਕੀ ਪੰਚਾਇਤਾਂ ਵਿਕਾਸ ਦੇ ਕੰਮਾਂ ਵਾਸਤੇ ਬਹੁਤ ਸਾਰਾ ਆਪਣੇ ਲੈ ਕੇ ਆਉਂਦੀਆਂ ਨੇ ਅਰਜ਼ੀਆਂ, ਜਿਸ 'ਚ ਸੋਲਰ ਲਾਈਟਾਂ ਜਾਂ ਸਕੂਲਾਂ ਵਾਸਤੇ ਕਮਰੇ, RO ਪਾਣੀ ਪੀਣ ਵਾਲਾ ਫਿਲਟਰ ਵਾਟਰ, ਜਾਂ ਫਿਰ ਜਿੰਮ, ਅਤੇ ਅਸੀਂ ਪ੍ਰੈਫਰ ਕਰਦੇ ਹਾਂ ਜਿਹੜੀ ਪਹਿਲ ਦਿੰਦੇ ਹਾਂ ਉਹ ਸਪੋਰਟਸ, ਐਜੂਕੇਸ਼ਨ ਅਤੇ ਹੈਲਥ ਨੂੰ ਦਿੰਦੇ ਹਾਂ। ਸੋ ਜਿੰਨਾ ਵੀ ਸਾਡੇ ਕੋਲ MP ਲੈਡ ਹੈ ਜਾਂ ਬਾਹਰੋਂ ਇੱਧਰੋਂ ਉੱਧਰੋਂ ਜੋ ਕੋਈ ਸਕੀਮਾਂ ਪੰਜਾਬ ਸਰਕਾਰ ਦੀਆਂ ਹੋਣ, ਚਾਹੇ ਸੈਂਟਰ ਸਰਕਾਰ ਦੀਆਂ, ਉਹਦੇ ਤਹਿਤ ਅਸੀਂ ਲੋਕਾਂ ਨੂੰ ਪੈਸੇ ਜਿਹੜੇ ਨੇ ਪ੍ਰੋਵਾਈਡ ਕਰਾਉਂਦੇ ਹਾਂ। ਦੇਖੋ, ਸੁਖਬੀਰ ਬਾਦਲ ਇਸ ਤਰ੍ਹਾਂ ਦੇ ਬਿਆਨ ਦਿੰਦੇ ਚੰਗੇ ਨਹੀਂ ਲੱਗਦੇ, ਉਹਨਾਂ ਉਹ ਵੀ ਉਦੋਂ ਹੀ ਸਾਈਕਲ ਦਿੰਦੇ ਰਹੇ ਨੇ ਜਦੋਂ ਬਿਲਕੁਲ ਵੋਟਾਂ ਜਿਹੜੀਆਂ ਨੇ ਉਹ ਸਿਰ 'ਤੇ ਆ ਜਾਂਦੀਆਂ ਸੀ, ਅਤੇ ਟੋਕਰੀ 'ਤੇ ਬਾਦਲ ਸਾਹਿਬ ਦੀ ਫੋਟੋ ਲਾ ਕੇ ਮਤਲਬ ਉਹ ਸਟੰਟ ਕਰਦੇ ਹੁੰਦੇ ਸੀ। ਸੋ ਬਜਾਏ ਇਸ ਦੇ ਕਿ ਸਕੂਲੀ ਬੱਚੇ ਨੂੰ ਸਾਈਕਲ ਦਿਓ, ਮੈਂ ਕਹਿੰਦਾ ਸਕੂਲ ਹੀ ਬਣਾ ਦਿਓ ਤੁਸੀਂ 12ਵੀਂ ਤੱਕ, ਤਾਂ ਜਾਣਾ ਹੀ ਨਾ ਪਵੇ ਕਿਤੇ ਇੱਧਰ ਉੱਧਰ ਬੱਚਿਆਂ ਨੂੰ। ਸੋ ਹਰ ਪਿੰਡ ਦੇ ਵਿੱਚ ਘੱਟੋ ਘੱਟ 10ਵੀਂ ਅਤੇ 12ਵੀਂ ਦੇ ਸਕੂਲ ਚਾਹੀਦੇ ਆ, ਤਾਂ ਕਿ ਖਾਸ ਤੌਰ 'ਤੇ ਕੁੜੀਆਂ ਨੂੰ ਬਹੁਤ ਦਿੱਕਤ ਆਉਂਦੀ ਹੈ, ਕੋਈ ਸਾਧਨ ਨਹੀਂ ਗਾ। ਅੱਜ ਕੱਲ੍ਹ ਦੇ ਜ਼ਮਾਨੇ ਮੁਤਾਬਕ ਤੁਹਾਨੂੰ ਪਤਾ ਕਿ ਜਿਸ ਤਰ੍ਹਾਂ ਦਾ ਛੇੜਛਾੜ ਦੀਆਂ ਜਾਂ ਕੋਈ ਹੋਰ ਘਟਨਾਵਾਂ ਵੱਧ ਰਹੀਆਂ ਨੇ, ਕ੍ਰਾਈਮ ਵੱਧ ਰਿਹਾ। ਸੋ ਸੁਖਬੀਰ ਬਾਦਲ ਦੀ ਗੱਲ ਤੁਸੀਂ ਨਾ ਹੀ ਕਰੋ ਤਾਂ ਚੰਗਾ, ਉਹ ਤਾਂ ਹਾਸ਼ੀਏ 'ਤੇ ਚਲੇ ਗਏ, ਉਹ ਤਾਂ ਉਹਨਾਂ ਅਕਾਲੀ ਦਲ ਦੀ ਗੱਡੀ ਦਿੱਲੀ ਤੋਂ ਲੈ ਗਈ, ਉਹ ਨਫ਼ਰਤ ਦਾ ਪਾਤਰ ਬਣ ਕੇ ਜਦੋਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਵਿੱਚ ਉਹਨਾਂ ਦਾ ਨਾਮ ਆਇਆ। ਜਦੋਂ ਇਹ ਇਸ ਤਰ੍ਹਾਂ ਦੀਆਂ ਮੀਡੀਆ ਦੇ ਕੁਛ ਹਿੱਸੇ 'ਚ ਇੱਦਾਂ ਦੀਆਂ ਗੱਲਾਂ ਆਈਆਂ ਨੇ, ਅਦਰਵਾਈਜ਼ ਅਮਨ ਅਰੋੜਾ ਸਾਡੇ ਸੀਨੀਅਰ ਲੀਡਰ ਨੇ, ਉਹਨਾਂ ਕੋਲ ਇੱਕ ਤਜਰਬਾ, ਉਹਨਾਂ ਦੇ ਪਿਤਾ ਜੀ ਦਾ ਬੜਾ ਵਧੀਆ ਅਕਸ ਹੈ ਸਾਡੇ ਸੁਨਾਮ ਹਲਕੇ ਦੇ ਵਿੱਚ, ਅਤੇ ਉਹ ਵੱਖ ਵੱਖ ਅਹੁਦਿਆਂ
ਤੇ ਜਿਹੜੇ ਜਦੋਂ ਵੀ ਉਹਨਾਂ ਨੂੰ ਕੋਈ ਜ਼ਿੰਮੇਵਾਰੀ ਮਿਲੀ ਹੈ ਪਾਰਟੀ 'ਚ ਉਹਨੇ ਬਾਖੂਬੀ ਨਿਭਾਈ ਹੈ, ਇਸ ਤਰ੍ਹਾਂ ਦੀ ਕੋਈ ਗੱਲ ਹੀ ਨਹੀਂ ਹੈਗੀ। ਸੋ ਅਸੀਂ ਮਿਲ ਕੇ ਇੱਕ ਟੀਮ ਦੀ ਤਰ੍ਹਾਂ ਕੰਮ ਕਰ ਰਹੇ ਹਾਂ। ਨਹੀਂ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ, ਉਹ ਆਪਣੇ ਆਪਣੇ ਕੰਮ ਕਰ ਰਹੇ ਹਾਂ। ਮੇਰੇ ਮੈਂ ਕੱਲ੍ਹ ਬਟਾਲੇ ਗਿਆ ਹੋਇਆ ਸੀ, ਪਰਸੋਂ ਉਹ ਬਟਾਲੇ ਗਏ ਸੀਗੇ। ਸੋ ਜਿੱਥੇ ਵੀ ਉਹਨਾਂ ਦੀ ਡਿਊਟੀ ਲੱਗਦੀ ਹੈ ਪਾਰਟੀ ਦੇ ਇੱਕ ਵਫਾਦਾਰ ਸਿਪਾਹੀ ਵਜੋਂ ਕੰਮ ਕਰ ਰਹੇ ਨੇ। ਇਹ ਦੋਨਾਂ ਸਰਕਾਰਾਂ ਦੀਆਂ ਕਮੀਆਂ ਹੀ ਨੇ ਜੀ। ਤੁਸੀਂ ਦੇਖ ਲਓ ਇੱਕ ਛੋਟੇ ਜਿਹੇ ਸੱਦੇ 'ਤੇ ਲੋਕਾਂ, ਤੁਸੀਂ ਬਾਹਰ ਕਿਰਪਾ ਕਰਕੇ ਇੰਟਰਵਿਊ ਕਰਕੇ ਜ਼ਰੂਰ ਜਾਇਓ ਕਿ ਕਦੇ ਕਿਸੇ ਨੇ ਪੁੱਛਿਆ ਲੋਕਾਂ ਨੂੰ, ਚਾਹੇ ਅਕਾਲੀ ਦਲ ਦੀ ਸਰਕਾਰ ਆਈ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਆਈ ਹੋਵੇ, ਕਦੇ ਲੋਕਾਂ ਕੋਲ ਆ ਕੇ ਦੇਖਿਆ ਉਹਨਾਂ ਨੇ ਵੀ ਸਮੱਸਿਆਵਾਂ ਕੀ ਨੇ। ਹੁਣ ਵੀ ਉਹ ਅੱਜ ਕੱਲ੍ਹ ਵੀ ਕੈਪਟਨ ਅਮਰਿੰਦਰ ਅਤੇ ਸੁਖਬੀਰ ਬਾਦਲ ਇੱਕ ਦੂਜੇ ਨਾਲ ਟਵਿੱਟਰੋ ਟਵਿੱਟਰੀ ਹੋਈ ਨੇ। ਟਵਿੱਟਰ 'ਤੇ ਉਹਨੇ ਐਂ ਕਹਿਤਾ, ਉਹਨੇ ਐਂ ਕਹਿਤਾ, ਉਹ ਕਹਿੰਦਾ 2.5 ਸਾਲ 'ਚ ਕੁਛ ਨਹੀਂ ਕੀਤਾ, ਉਹ ਕਹਿੰਦਾ 10 ਸਾਲ 'ਚ ਕੁਛ ਨਹੀਂ ਕੀਤਾ। ਮਤਲਬ ਕੁਛ ਨਾ ਕੀਤਾ ਦਾ ਮੁਕਾਬਲਾ ਚੱਲ ਰਿਹਾ ਕਿ ਕਿਹਨੇ ਨਹੀਂ ਕੀਤਾ। ਬਜਾਏ ਇਸ ਦੇ ਇੱਕ ਦੂਜੇ ਦੇ ਇਲਜ਼ਾਮ ਲਾਉਣ ਦੀ ਬਜਾਏ ਕੈਪਟਨ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਬਹੁਤ ਸਾਰੇ ਵਾਅਦੇ ਕੀਤੇ ਸੀ, ਮੈਂ ਪੰਜਾਬ ਦੀ ਨੂੰ ਹਾਰ ਬਦਲ ਦੂੰਗਾ, ਕਿਰਪਾ ਕਰਕੇ ਬਾਹਰ ਨਿਕਲ ਕੇ, ਹਜੇ ਵੀ ਉਹਨਾਂ ਕੋਲ 2.5 ਸਾਲ ਪਏ ਨੇ, ਕਿਰਪਾ ਕਰਕੇ ਕੰਮ ਕਰ ਦਿਓ। ਨਹੀਂ ਤਾਂ ਫਿਰ ਲੋਕ ਜਿਹੜੇ ਨੇ ਉਹ ਉਮੀਦ ਦੇ ਵਜੋਂ ਆਮ ਆਦਮੀ ਪਾਰਟੀ ਵੱਲ ਦੇਖ ਰਹੇ ਨੇ, ਔਰ ਸਾਡੀ ਪਾਰਟੀ ਦੇ ਜਿਹੜੇ ਜਿੰਨੇ ਵੀ ਲੀਡਰ ਨੇ ਉਹ ਲੋਕਾਂ ਦੇ ਵਿੱਚ ਜਾ ਰਹੇ ਨੇ ਜਿੱਥੇ ਵੀ ਮੌਕਾ ਮਿਲਦਾ, ਭਾਵੇਂ ਉਹ ਹੜ੍ਹ ਪੀੜਤ ਦੀ ਸਹਾਇਤਾ ਕਰਨੀ ਹੋਵੇ, ਭਾਵੇਂ ਬਟਾਲਾ ਜਿਹੜਾ ਪਟਾਕਾ ਫੈਕਟਰੀ ਨੂੰ ਅੱਗ ਲੱਗੀ ਹੈ ਉੱਥੇ ਸਾਡੀ ਟੀਮ ਦੇ ਪਹੁੰਚਣਾ, ਜਿੱਥੇ ਵੀ ਸਾਨੂੰ ਮੌਕਾ ਮਿਲਦਾ ਅਸੀਂ ਜਾਂਦੇ ਹਾਂ। ਵਿਧਾਨ ਸਭਾ ਦੇ ਬਾਹਰ ਚਾਹੇ ਅੰਦਰ, ਲੋਕ ਸਭਾ ਦੇ ਬਾਹਰ ਚਾਹੇ ਅੰਦਰ, ਅਸੀਂ ਆਪਣਾ ਵਿਰੋਧੀ ਧਿਰ ਦਾ ਜਿਹੜਾ ਰੋਲ ਹੈ ਬਖੂਬੀ ਨਿਭਾ ਰਹੇ ਹਾਂ। ਔਰ ਮੈਂ ਪ੍ਰਧਾਨ ਹੋਣ ਦੇ ਨਾਤੇ ਮੈਨੂੰ ਆਪਣੀ ਪਾਰਟੀ ਦੇ ਟੀਮ ਦੇ ਮੈਂਬਰਾਂ 'ਤੇ ਇਸ ਗੱਲ ਦਾ ਮਾਣ ਹੈ ਕਿ ਉਹ ਜਦੋਂ ਵੀ ਕੋਈ ਉਹਨਾਂ ਨੂੰ ਪਾਰਟੀ ਵੱਲੋਂ ਕੋਈ ਹੁਕਮ ਆਉਂਦਾ, ਪਾਰਟੀ ਵੱਲੋਂ ਕੋਈ ਜ਼ਿੰਮੇਵਾਰੀ ਲੱਗਦੀ, ਉਹਨੂੰ ਨਿਭਾਉਂਦੇ ਨੇ ਤਾਂ ਦੇਹੀ ਨਾਲ ਨਹੀਂ ਕਰਦੇ ਆ। ਕੋਈ ਘਟਨਾ ਹੁੰਦੀ, ਉਦੋਂ ਬਾਅਦ ਜਾਂਚ ਦੇ ਆਰਡਰ ਦਿੰਦੇ ਆ, ਫਿਰ ਅਗਲੀ ਘਟਨਾ ਦੀ ਉਡੀਕ ਕਰਨ ਲੱਗ ਜਾਂਦੇ ਆ। ਜਦੋਂ ਫਤਿਹਵੀਰ ਬੋਰਵੈਲ 'ਚ ਡਿੱਗਿਆ ਤਾਂ ਕਹਿੰਦੇ ਜੀ ਸਾਰੇ ਬੋਰਵੈਲਾਂ ਦੀ ਜਾਂਚ ਕਰਾਂਗੇ, ਜਦੋਂ ਪਟਾਕਾ ਫੈਕਟਰੀ 'ਚ 23 ਬੰਦੇ ਮਰ ਗਏ ਕਹਿੰਦੇ ਸਾਰੀਆਂ ਪਟਾਕਾ ਫੈਕਟਰੀਆਂ ਦਾ ਪਤਾ ਕਰਾਂਗੇ। ਪਹਿਲਾਂ ਕਿਉਂ ਨਹੀਂ ਕਰਦੇ ਇਹ? ਬੂਹੇ ਆਈ ਜੰਨ ਬਿੰਨੂ ਕੁੜੀ ਦੇ ਕੰਨ, ਇਹ ਉਹ ਗੱਲ ਹੈ। ਹਜੇ ਵੀ ਪੰਜਾਬ ਦੇ ਬਹੁਤ ਸਾਰੇ ਸ਼ਹਿਰ ਬਰੂਦ ਦੇ ਢੇਰ 'ਤੇ ਬੈਠੇ ਨੇ, ਦਿਵਾਲੀ ਵਾਲੇ ਦਿਨ ਆ ਰਹੇ ਨੇ, ਤਾਂ ਫਿਰ ਕਿਉਂ ਨਹੀਂ ਇਹ ਦੁਸਹਿਰੇ ਦਿਵਾਲੀਆਂ ਤੋਂ ਪਹਿਲਾਂ ਇਹ ਜਾਂਚ ਕਰਦੇ ਕਿ ਕਿਹੜੀਆਂ ਫੈਕਟਰੀਆਂ ਇਲੀਗਲ ਨੇ, ਕਿਹੜੀਆਂ ਲੀਗਲ ਨੇ, ਕਿਹੜੀਆਂ ਰਹਿਸ਼ੀ ਇਲਾਕਿਆਂ 'ਚ ਚੱਲ ਰਹੀਆਂ ਨੇ ਜਿੱਥੇ ਜ਼ਿਆਦਾ ਖਤਰਾ ਹੈ, ਕਿਵੇਂ ਉਹਨਾਂ ਨੂੰ ਪਰਮਿਸ਼ਨ ਮਿਲ ਜਾਂਦੀ ਹੈ, ਕਿਹੜੇ ਉਹ ਰਾਜਨੀਤਿਕ ਲੋਕ ਨੇ ਜਾਂ ਜਿਹੜੇ ਕਿਹੜੇ ਅਫਸਰ ਨੇ ਜਿਨ੍ਹਾਂ ਦੀ ਸ਼ਹਿ 'ਤੇ ਉਹ ਕੰਮ ਚੱਲ ਰਿਹਾ, ਹਫ਼ਤਾ ਜਾਂ ਮਹੀਨਾ ਦੇ ਕੇ ਉਹ ਆਪਦਾ ਕੰਮ ਚਲਾਈ ਜਾਂਦੇ, ਲੋਕ ਲਾਲਚਾਂ ਦੇ ਵੱਸ ਪੈ ਕੇ ਕਈ ਵਾਰੀ ਆਪਦੇ ਟੱਬਰ ਵੀ ਮਾਰ ਪੈਂਦੇ ਆ, ਜਿਵੇਂ ਬਟਾਲੇ 'ਚ ਹੋਇਆ। ਸੋ ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਇਹੋ ਜਿਹੀਆਂ ਚੀਜ਼ਾਂ ਦੀ ਪਹਿਲਾਂ ਜਾਂਚ ਕਰੋ ਤਾਂ ਕਿ ਇਹੋ ਜਿਹੀਆਂ ਘਟਨਾਵਾਂ ਭਵਿੱਖ 'ਚ ਹੋਣ ਹੀ ਨਾ, ਇਲਾਜ ਨਾਲੋਂ ਪਰਹੇਜ਼ ਚੰਗਾ। ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਦੇ ਚੈਨਲ।